ਹਾਂਜੀ ਵੀ ਕੀ ਹਾਲ ਸਾਰਿਆਂ ਦਾ? ਠੀਕ ਠਾਕ ਜੀ। ਹੋਰ ਫਿਰ ਅੰਮ੍ਰਿਤ ਕੀ ਹਾਲ ਚਾਲ? ਕਾਇਮ ਆ? ਵਧੀਆ ਭਰਾ। ਕਿੱਥੇ ਚੱਲਿਆ ਅੱਜ? ਅੱਜ ਆਪਾਂ ਚੱਲੇ ਆ ਬਟਾਲੇ। ਅੱਜ ਬਟਾਲੇ ਚੱਲੇ ਆ, ਅੱਜ ਆਪਣੇ ਇੱਕ ਵੀਰ ਦਾ ਜਨਮ ਦਿਨ ਆ ਤੇ ਸੈਲੀਬ੍ਰੇਟ ਕਰਨ ਚੱਲੇ ਆ, ਤੇ ਪਹਿਲਾਂ ਤੇ ਸਾਡਾ ਇਰਾਦਾ ਸੀ ਵੀ ਇੱਥੇ ਕੇਕ ਕੱਟ ਲਈਏ, ਪਰ ਫੇਰ ਮੁੰਡਿਆਂ ਦੇ ਬਟਾਲੇ ਚੱਲ ਜਾਈਏ। ਬਟਾਲੇ ਚੱਲ ਜਾਈਏ ਹਨਾ। ਕਰਨ ਦੀ ਵੇਟ ਕਰਨ ਡੇ ਆ ਬਸ। ਆ ਕਰਨ ਦੇ ਅੱਡੇ 'ਚ ਖਲੋਤੇ, ਘਰ ਦੇ ਸਾਹਮਣੇ ਆ, ਗਲੀ 'ਚ ਘਰ ਆ ਉਹਦਾ, ਤੇ ਬਸ ਫਿਰ ਇਹਨੂੰ ਲੈ ਕੇ ਨਾਲੇ ਉੱਥੇ ਆਪਾਂ ਚੁੱਕਣਾ ਮੰਗੇ ਨੂੰ। ਹਾਂ ਵੀ ਗੁਰੀ ਕੈਫੇ ਨੂੰ ਚੁੱਕ ਕੇ ਤੇ ਫਿਰ ਆਪਾਂ ਜਾਣਾ ਬਟਾਲੇ। ਕੋਈ ਗੱਲ ਨੀ, ਬਾਕੀ ਤੁਹਾਨੂੰ ਆਪਾਂ ਮਿਲਦੇ ਆ ਫੇਰ। ਮੁੜ ਤੇ ਜੱਸਾ ਆ ਗਿਆ ਫੇਰ? ਉਹ ਜੱਸਾ ਹੀ ਆ ਨਾ, ਨਾਲ ਕੌਣ ਆਉਣ ਡਿਆ ਦੇ? ਉਹ ਬੋਡੀਗਾਰਡ ਰੱਖਿਆ ਉਹਨੇ। ਅੱਛਾ, ਬੋਡੀਗਾਰਡ ਵਾ ਤੇ ਅਗਰੋਂ ਲੋਨ ਪਿੰਡੇ ਪੁੰਡੇ ਚ? ਠੀਕ ਆ, ਪਿੰਡੇ ਚ ਲੱਗ ਤੇ। ਠੀਕ ਆ, ਆ ਗਿਆ ਆਪਣਾ ਜੱਸਾ ਵੀਰ, ਐ ਪੂਰੀ ਟੌਰ ਸੌਰ ਮਾਰ ਕੇ ਆਇਆ ਵਾ। ਤੇ ਜਨਮ ਦਿਨ ਤੇਰਾ ਨਹੀਂ ਆ, ਉਹਦੇ ਜਨਮ ਦਿਨ ਦੂਜੇ ਬੰਦੇ ਦਾ, ਆਪਣੇ ਦਾ। ਆਹ ਇਹ ਤੇ ਫੀਲਿੰਗ ਲੈਂਡ ਆ ਇਹਦਾ, ਇਹਦਾ ਜਨਮ ਦਿਨ ਆ। ਆਹ ਜੱਸਾ ਵੀਰ ਹਾਏ ਕਰ ਪਹਿਲਾਂ ਆਪਣੇ ਯਾਰਾਂ ਬੇਲੀਆਂ ਨੂੰ ਸਾਰੇ। ਕਿੱਦਾਂ ਜੱਸੇ? ਠੀਕ ਆ? ਆ ਗਿਆ ਆਪਣਾ ਵੀਰ, ਆਪਣੇ ਜੱਸੇ ਭਰਾ ਲੋ ਸਾਰਿਆਂ ਸਤਿ ਸ੍ਰੀ ਅਕਾਲ ਆ। ਸੋਹਣਾ ਲੱਗਣਾ ਵੀਰ ਅੱਜ ਆਪਣਾ। ਹਾਂ ਕਿੱਦਾਂ ਭਰਾ? ਠੀਕ ਆ? ਤੂੰ ਵੀ ਛੱਡਣ ਆਇਆ ਵੀਰ ਨੂੰ? ਧੰਨਵਾਦ ਭਰਾ। ਚਲੋ ਠੀਕ ਆ, ਕੋਈ ਗੱਲ ਨੀ, ਮਿਲਦੇ ਆ ਪਰ ਰਸਤੇ ਜਾ ਕੇ। ਹਾਂਜੀ ਚੱਲੇ ਫਿਰ ਹੁਣ ਆਪਾਂ। ਲੈ ਵੀ ਜਾਓ ਆਪਣਾ ਮੰਗਾ ਤੇ ਆਇਆ ਨੀ ਨਾਲ, ਆਉਂਦਾ ਮੈਨੂੰ ਕੰਮ ਆ ਦੇ ਆ, ਨਗਰ ਕੀਰਤਨ ਡਿਆ ਨਿਕਲਣਾ, ਤੁਹਾਨੂੰ ਵਿਖਾਉਂਦੇ ਆ ਬਾਬਾ ਮੇਹਰ ਕਰੀਆ ਤਿੰਨਾਂ ਵੀਰਾਂ ਤੇ ਸਾਡਾ ਤੇ। ਹੈ ਵਾਹਿਗੁਰੂ। ਆਪਣੇ ਵੀਰ ਸ਼ੂਟ ਕਰਦੇ ਹੋਏ ਜੱਸਾ ਤੇ ਅੰਮ੍ਰਿਤ ਇੱਥੇ ਆਪਾਂ ਆਏ ਬੇਕਰੀ 'ਚ, ਤੇ ਕੇਕ ਬਣਾਉਣ ਦਿੱਤਾ ਤੇ ਕਹਿੰਦੇ 15 ਕੁ ਮਿੰਟ ਲੱਗਣੇ ਆ ਤੇ ਵੇਟ ਕਰਨੇ ਪੈਂਦੇ ਇੰਨੇ ਚਿਰ ਨੂੰ ਮੁੰਡਿਆਂ। ਚੱਲ ਫੋਟੋਆਂ ਫਾਟੋਆਂ ਖਿੱਚ ਲੈਂਦੇ ਹਾਂ। ਬੇਕਰੀ ਘੈਂਟ ਵਧੀਆ, ਉੱਥੇ ਰਿਪੋਰਟ ਬਹਿਣ ਲਈ ਵੀ ਜਗ੍ਹਾ ਬਹੁਤ ਵਧੀਆ। ਬੰਦੇ ਸਾਡੇ ਨੂੰ ਪਸੰਦ ਨਹੀਂ ਆਉਂਦੀਆਂ ਫੋਟੋਆਂ, ਕਦੀ ਕਹਿੰਦੇ ਪੋਰਟਰੇਟ ਲਾਉਣਾ ਵਾ ਤੇ ਕਦੀ ਕਹਿੰਦੇ ਉਹ ਲਾਈਟਾਂ ਦੋ ਨਹੀਂ ਵਿੱਚ ਆਉਣੀ ਚਾਹੀਦੀ, ਇੱਕ ਹੋਣੀ ਚਾਹੀਦੀ ਆ। ਆਹ ਜੱਸਾ ਥੋੜ੍ਹਾ ਜਿਹਾ ਜ਼ਿਆਦਾ ਹੀ ਕਰਦਾ ਵਾ। ਹਾਂ ਹਾਂ ਨਹੀਂ ਹੋਣਾ, ਹੁਣ ਕਮੀ ਨਹੀਂ ਹੋਣੀ ਚਾਹੀਦੀ ਫੋਟੋ ਖਿੱਚਣ 'ਚ ਕੋਈ। ਕੇ 100 ਰੁਪਇਆ ਲਿਆ? ਠੀਕ ਹੈ ਠੀਕ ਹੈ ਠੀਕ ਹੈ। ਕੇਕ ਕੱਟਤਾ ਮੁੰਡਿਆਂ ਨੇ। ਹਾਂ ਵੀ ਕਿੱਦਾਂ ਮੁੰਡੇ, ਠੀਕ ਠਾਕ ਜੇ? ਵਧੀਆ ਭਰਾ, ਮੁੰਡੇ ਕੇਕ ਲੱਗੇ ਹੁਣ ਖਾਣ। ਕੇਕ ਘੈਂਟ ਆ ਪੂਰਾ, ਫਲੇਵਰ ਵੀ ਵਧੀਆ। ਕਿਹੜਾ ਲਿਆ ਫਲੇਵਰ ਭਰਾ? ਪਾਈਨਐਪਲ ਫਲੇਵਰ। ਹਾਂ ਚਲੋ ਠੀਕ, ਕੋਈ ਗੱਲ ਨੀ, ਖਾ ਕੇਕ ਮਿਲਦੇ ਆ ਆਪਾਂ ਤੁਹਾਨੂੰ ਬਾਅਦ ਚ। ਕੇਕ ਲਿਆ ਮੁੰਡਿਆਂ ਨੇ ਖਾ, ਤੇ ਜਿਹੜਾ ਬਚਿਆ ਸੀ ਉਹ ਪੈਕਰ ਵਾਲਿਆ, ਹੁਣ ਚੱਲੇ ਆਪਾਂ ਪਿੰਡ ਵੱਲ ਨੂੰ ਚੱਲਦੇ ਆ, ਫਿਰ ਮਿਲਦੇ ਕੋਈ ਗੱਲ ਨਹੀਂ। ਆ ਬਟਾਲੇ ਆਏ ਸੀ ਆਪਾਂ, ਆਹ ਬੇਕਰੀ ਤੋਂ ਲਿਆ ਕੇਕ, ਬਹੁਤ ਵਧੀਆ ਬੇਕਰੀ ਆ, ਝੱਟ ਹੀ ਕੇਕ ਬਣਾ ਦਿੱਤਾ ਇਹਨਾਂ ਨੇ।